ਅਸੀਂ ਚੱਕਾਂਗੇ ਤੁਹਾਡੇ ਹੱਕ ਦੀ ਆਵਾਜ਼। ਜਦੋਂ ਵੀ ਵਿਧਾਨ ਸਭਾ ਦਾ ਸੈਸ਼ਨ ਆਉਂਦਾ ਤਾਂ ਆਮ ਆਦਮੀ ਪਾਰਟੀ ਕਈ ਗੁੱਟਾਂ ਵਿੱਚ ਵੰਡੀ ਹੋਈ ਦਿਖਾਈ ਦਿੰਦੀ ਹੈ, ਪਰ ਇਸ ਵਾਰ ਆਮ ਆਦਮੀ ਪਾਰਟੀ ਦੇ ਰੁੱਸੇ ਵਿਧਾਇਕਾਂ ਨੂੰ ਇਹ ਅਪੀਲ ਕਰ ਦਿੱਤੀ ਹੈ ਕਿ ਸੰਸਦ ਵਿੱਚ ਪੰਜਾਬ ਦੇ ਮੁੱਦਿਆਂ ਨੂੰ ਚੁੱਕਣ ਲਈ ਇਕਜੁੱਟ ਹੋਣਾ ਬਹੁਤ ਜ਼ਰੂਰੀ ਹੈ, ਤਾਂ ਹੀ ਸਰਕਾਰ ਦੀ ਖਿਲਾਫਤ ਹੋ ਸਕਦੀ ਹੈ। ਅਕਾਲੀਆਂ ਨੇ 10 ਸਾਲ ਸੱਤਿਆਨਾਸ਼ ਕੀਤਾ ਸੀ, ਉਹ ਸਵਾ ਸੱਤਿਆਨਾਸ਼ ਕਰਨ 'ਤੇ ਇਹ ਤੁਲੇ ਹੋਏ ਹੈ। ਉਹੀ ਮੁੱਦੇ, ਉਹੀ ਇਸ਼ੂ, ਉਹੀ ਪੰਜਾਬ ਦੇ ਦੁੱਖ ਤਕਲੀਫ ਉਸੇ ਤਰ੍ਹਾਂ ਖੜੇ ਹੈ। ਆਮ ਆਦਮੀ ਪਾਰਟੀ ਨੇ ਮੰਗ ਕੀਤੀ ਸੀ ਕਿ ਇਕੱਲਾ ਜਿਹੜਾ ਨਸ਼ੇ ਦਾ ਮੁੱਦਾ ਹੈ ਉਹਦੇ ਲਈ 2 ਦਿਨ ਦੀ ਬਹਿਸ ਰੱਖੀ ਜਾਵੇ, ਤਾਂ ਕਿ ਆਪਾਂ ਇਸ ਚੀਜ਼ ਨੂੰ ਰਲ ਮਿਲ ਕੇ ਹੱਲ ਕਰੀਏ। ਕਿਉਂ ਇਕੱਲੇ ਇਕੱਲੇ ਆਪਸ ਵਿੱਚ ਲੜ ਕੇ ਹੱਲ ਨਹੀਂ ਹੋਣਾ, ਰਲ ਮਿਲ ਕੇ ਬਹਿ ਕੇ। ਅੱਜ ਨਸ਼ੇ ਨਾਲ ਤਾਂ ਨੌਜਵਾਨ ਮਰ ਰਹੇ, ਨਾਲ ਏਡਜ਼ ਨਾਲ ਵੀ ਮਰ ਰਹੇ ਆ, ਨਸ਼ੇ ਕਰਕੇ ਜਿਹੜੀ ਏਡਜ਼ ਹੋ ਰਹੀ ਹੈ। ਫਿਰ ਜਿਹੜੇ ਪੰਜਾਬ ਦਾ ਪਾਣੀਆਂ ਦਾ ਬੜਾ ਵੱਡਾ ਮੁੱਦਾ, ਪੰਜਾਬ ਕੋਲ ਲੈ ਦੇ ਕੀ ਸੀ? ਸਿਰਫ ਪਾਣੀ ਸੀ ਨਾ, ਪਾਣੀ ਜਿੰਨਾ ਕੁ ਬਚਿਆ ਦਰਿਆਈ ਪਾਣੀ ਉਹ ਅਸੀਂ ਜ਼ਹਿਰੀਲਾ ਕਰ ਰਹੇ ਹਾਂ। ਜਿਹੜਾ ਸਾਡਾ ਗਰਾਊਂਡ ਵਾਟਰ ਆ ਉਹ ਵਾਟਰ ਟੇਬਲ ਥੱਲੇ ਜਾ ਰਿਹਾ, ਸਾਡੀ ਪਹੁੰਚ ਤੋਂ ਬਾਹਰ ਹੁੰਦਾ ਜਾ ਰਿਹਾ। ਕੁਛ ਲੁੱਟ ਕੇ ਲੈ ਗਿਆ ਰਾਜਸਥਾਨ, ਕੁਛ ਹਰਿਆਣਾ ਲੁੱਟ ਕੇ ਲੈ ਗਿਆ। ਇਹਦੇ 'ਤੇ ਦੋ ਘੱਟੋ ਘੱਟ 2 ਦਿਨ ਦੀ ਬਹਿਸ ਚਾਹੀਦੀ ਸੀ। ਫਿਰ ਜਿਹੜੇ ਬੇਰੁਜ਼ਗਾਰ ਨੌਜਵਾਨ ਹੈ ਉਹਨਾਂ ਨੂੰ ਨੌਕਰੀਆਂ ਕਿੱਦਾਂ ਦੇਣੀਆਂ, ਉਹਦੇ 'ਤੇ ਬਹਿਸ ਚਾਹੀਦੀ ਸੀ। ਸੋ ਬੜੇ ਵੱਡੇ ਮੁੱਦੇ ਨੇ, ਬੇਅਦਬੀ ਦਾ ਮੁੱਦਾ ਉਸੇ ਤਰ੍ਹਾਂ ਹੀ ਖੜਾ, ਕੁਛ ਨਹੀਂ ਕੀਤਾ, ਉਹਦੇ 'ਤੇ ਪੂਰੀ ਬਹਿਸ ਹੋਣੀ ਚਾਹੀਦੀ। ਕੁਲਤਾਰ ਸਿੰਘ ਸੰਧਵਾਂ ਨੇ ਇੱਥੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੂੰ ਵੀ ਲੰਮੇ ਹੱਥੀਂ ਲਿਆ ਹੈ। ਉਹਨਾਂ ਦਾ ਕਹਿਣਾ ਕਿ ਜੇਕਰ ਅਕਾਲੀ ਨੇ ਪੰਜਾਬ ਦਾ ਸੱਤਿਆਨਾਸ਼ ਕੀਤਾ ਸੀ ਤਾਂ ਕਾਂਗਰਸ ਸਰਕਾਰ ਵੀ ਪੰਜਾਬ ਦਾ ਸਵਾ ਸੱਤਿਆਨਾਸ਼ ਕਰ ਰਹੀ ਹੈ। ਆਮ ਆਦਮੀ ਪਾਰਟੀ ਦੇ ਜਿਹੜੇ ਵੀ ਵਿਧਾਇਕ ਜਿੱਤ ਕੇ ਆਏ ਨੇ, ਜਿਹੜੇ ਤਾਂ ਆਏ ਨੇ ਲੋਕਾਂ ਖਾਤਰ, ਹਾਲਾਤ ਬਦਲਣ ਲਈ, ਪੰਜਾਬ ਨੂੰ ਬਚਾਉਣ ਲਈ, ਉਹ ਤਾਂ ਆਮ ਆਦਮੀ ਪਾਰਟੀ ਨਾਲ ਹੀ ਰਹਿਣਗੇ ਔਰ ਲੋਕਾਂ ਦੇ ਮੁੱਦੇ ਚੱਕਣਗੇ। ਔਰ ਮੈਂ ਤੁਹਾਡੇ ਰਾਹੀਂ ਵੀ ਬੇਨਤੀ ਕਰਦਾ, ਜਿਹੜੇ ਮਾੜੇ ਮੋਟੇ ਮਨ ਮਿਟਾਵ ਉਹ ਘਰੇ ਰੱਖੋ, ਉਹ ਨਿੱਕੀਆਂ ਗੱਲਾਂ ਨੇ, ਵੱਡੀ ਲੜਾਈ ਅੱਜ ਪੰਜਾਬ ਨੂੰ ਬਚਾਉਣ ਦੀ ਹੈ। ਪੰਜਾਬ ਤਾਂ ਵੇਚਤਾ ਸਾਰਾ ਇਹਨਾਂ ਨੇ, ਲੁੱਟ ਲਿਆ ਸਾਡੀ ਹਵਾ ਦੇ ਵਿੱਚ ਜ਼ਹਿਰ, ਸਾਡੇ ਪਾਣੀ ਦੇ ਵਿੱਚ ਜ਼ਹਿਰ, ਸਾਡੀ ਮਿੱਟੀ ਦੇ ਵਿੱਚ ਜ਼ਹਿਰ। ਸਾਡੇ ਨੌਜਵਾਨ ਪੰਜਾਬ ਛੱਡ ਕੇ ਭੱਜ ਰਹੇ ਆ, ਹਰ ਥਾਂ ਲੁੱਟ ਰਿਹਾ, ਰੋਡਵੇਜ਼ ਇਹਨਾਂ ਨੇ ਲੁੱਟ ਲਈ ਖਤਮ ਕਰਤੀ, ਬਿਜਲੀ ਬੋਰਡ ਇਹਨਾਂ ਪ੍ਰਾਈਵੇਟਾਈਜ਼ ਕਰਨ ਲੱਗੇ, ਸਾਰੇ ਪਾਸੇ ਹਸਪਤਾਲ ਅੱਗੇ ਪ੍ਰਾਈਵੇਟਾਈਜ਼ ਕਰ। ਇੱਕ ਹੋਰ ਨਵਾਂ ਬਿਆਨ ਆਇਆ ਸਾਡੇ ਖੇਡ ਮੰਤਰੀ ਦਾ, ਉਹ ਸਟੇਡੀਅਮ ਹੀ ਠੇਕੇ 'ਤੇ ਦੇਣ ਲੱਗੇ ਆ, ਮਤਲਬ ਸਾਰਾ ਕੁਝ ਤਾਂ ਵੇਚੀ ਜਾ ਰਿਹਾ। ਸੋ ਉਸ ਚੀਜ਼ ਨੂੰ ਬਚਾਉਣ ਖਾਤਰ ਮੈਂ ਤੁਹਾਡੇ ਰਾਹੀਂ ਵੀ ਸਾਡੇ MLA ਸਾਹਿਬਾਨ ਜਿਹੜੇ 1-2 ਗੁੱਸੇ ਨੇ ਉਹਨਾਂ ਨੂੰ ਕਹਿਣਾ ਵੀ ਤੁਸੀਂ ਆਓ, ਆਪਾਂ ਇਕੱਠੇ ਹੋ ਕੇ ਪੰਜਾਬ ਨੂੰ ਬਚਾਈਏ, ਨਹੀਂ ਤਾਂ ਇਦੋਂ ਬਾਅਦ ਮੌਕਾ ਨਹੀਂ ਮਿਲਣਾ। ਪੰਜਾਬ ਤਾਂ ਉੱਜੜ ਗਿਆ ਹੈ, ਇਹ ਪੰਜਾਬ ਦੇ ਵਿੱਚ ਪੰਜਾਬੀ ਨਹੀਂ ਲੱਭਣੇ, ਜੇ ਪੰਜਾਬੀ ਨਾਲ ਫਿਰ ਪੰਜਾਬ ਕਿੱਥੋਂ ਹੋਏਗਾ? ਸੋ ਮੈਂ ਤੁਹਾਡੇ ਰਾਹੀਂ ਬੇਨਤੀ ਕਰਦਾ ਸਾਰਿਆਂ ਨੂੰ, ਆਪਾਂ ਰਲ ਕੇ ਇਕੱਠੇ ਹੋ ਕੇ ਪੰਜਾਬ ਨੂੰ ਬਚਾਉਣ ਦੀ ਗੱਲ ਕਰੀਏ ਔਰ ਵਿਧਾਨ ਸਭਾ ਦੇ ਵਿੱਚ ਸਰਕਾਰ ਨੂੰ। ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ ਵਿਧਾਨ ਸਭਾ ਸੈਸ਼ਨ ਨੂੰ ਲੈ ਕੇ ਚਰਚਾ ਚੱਲ ਰਹੀ ਹੈ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਇਕਜੁੱਟ ਹੋ ਸਕਣਗੇ, ਕਿਉਂਕਿ ਆਮ ਆਦਮੀ ਪਾਰਟੀ ਪਹਿਲਾਂ ਹੀ ਕਈ ਗੁੱਟਾਂ ਵਿੱਚ ਵੰਡੀ ਹੋਈ ਹੈ। ਆਮ ਆਦਮੀ ਪਾਰਟੀ ਦੇ ਰੁੱਸੇ ਵਿਧਾਇਕ ਕਨਵਰ ਸੰਧੂ ਨੇ ਤਾਂ ਆਪ ਬਚਾਓ ਮੰਚ ਵੀ ਬਣਾ ਲਿਆ ਹੈ, ਪਰ ਪਿਛਲੀ ਵਾਰ ਉਹ ਆਮ ਆਦਮੀ ਪਾਰਟੀ ਦੇ ਨਾਲ ਖੜੇ ਸਨ। ਸਵਾਲ ਇਹ ਉੱਠ ਰਿਹਾ ਕਿ ਇਸ ਵਾਰ ਕਨਵਰ ਸੰਧੂ ਅਤੇ ਉਸਦੇ ਸਾਥੀ ਆਮ ਆਦਮੀ ਪਾਰਟੀ ਦੇ ਨਾਲ ਖੜਨਗੇ। ਪਿਛਲੀ ਵਾਰ ਵੀ ਸੁਖਪਾਲ ਸਿੰਘ ਖਹਿਰਾ ਵਿਧਾਨ ਸਭਾ ਵਿੱਚ ਨਹੀਂ ਆਏ ਸਨ ਅਤੇ ਮੰਨਿਆ ਜਾ ਰਿਹਾ ਕਿ ਉਹ ਇਸ ਵਾਰ ਵੀ ਵਿਧਾਨ ਸਭਾ ਵਿੱਚ ਨਹੀਂ ਆਉਣਗੇ, ਕਿਉਂਕਿ ਉਹ ਵਿਧਾਇਕੀ ਤੋਂ ਅਸਤੀਫਾ ਲੈ ਚੁੱਕੇ ਹਨ। ਹੁਣ ਇੱਕ ਗੱਲ ਅਸੀਂ ਸਾਰੇ ਦਰਸ਼ਕਾਂ ਤੋਂ ਪੁੱਛਦੇ ਹਾਂ ਕਿ ਆਮ ਆਦਮੀ ਪਾਰਟੀ ਨੂੰ ਇਕਜੁੱਟ ਹੋ ਕੇ ਵਿਧਾਨ ਸਭਾ ਵਿੱਚ ਸਰਕਾਰ ਦੀ ਖਿਲਾਫਤ ਕਰਨੀ ਚਾਹੀਦੀ ਹੈ ਤਾਂ ਜੋ ਪੰਜਾਬ ਦੇ ਮੁੱਦੇ ਚੁੱਕੇ ਜਾ ਸਕਣ? ਇਸ ਬਾਰੇ ਤੁਹਾਡੀ ਜੋ ਵੀ ਰਾਏ ਸਾਨੂੰ ਜ਼ਰੂਰ ਦੱਸੋ। ਮੈਂ ਗੁਰਦੀਪ ਸਿੰਘ ਫਿਰ ਹਾਜ਼ਰ ਹੋਵਾਂਗਾ, ਤੁਸੀਂ ਬਣੇ ਹੋ ਰਾਈਜ਼ਿੰਗ ਵੌਇਸ ਦੇ ਨਾਲ। ਅਸੀਂ ਚੱਕਾਂਗੇ ਤੁਹਾਡੇ ਹੱਕ ਦੀ ਆਵਾਜ਼।